ਪੰਜਾਬ ਦੀਆਂ ਜੇਲ੍ਹਾਂ ਦੇ ਕੈਦੀ ਵੀ ਪੈਟਰੋਲ ਪੰਪ ਚਲਾਉਣਗੇ। ਜੀ ਹਾਂ, ਤੁਸੀਂ ਸਹੀ ਸੁਣਿਆ। ਇਸ ਸੰਬੰਧੀ ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀਆਂ ਵਿਚਕਾਰ ਇੱਕ ਕਰਾਰ ਹੋਇਆ। ਜੇਲ੍ਹ ਦੀ ਜਗ੍ਹਾ 'ਤੇ ਬਣਨ ਵਾਲੇ ਪੈਟਰੋਲ ਪੰਪ 'ਤੇ ਜਿੱਥੇ ਕੈਦੀ ਕੰਮ ਕਰਨਗੇ, ਉੱਥੇ ਹੀ ਪੰਪ ਵਿੱਚ ਹੋਟਲ ਬਣਾ ਕੇ ਜੇਲ੍ਹ ਦੇ ਉਤਪਾਦਾਂ ਦੀ ਵਿਕਰੀ ਵੀ ਕੀਤੀ ਜਾਵੇਗੀ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਤਸਦੀਕ ਕਰਦਿਆਂ ਕਿਹਾ ਕਿ ਫਿਲਹਾਲ ਪੰਜਾਬ ਦੇ ਪਟਿਆਲਾ ਸ਼ਹਿਰ 'ਚ ਪੈਟਰੋਲ ਪੰਪ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸ਼ੁਰੂ ਕੀਤਾ ਜਾ ਰਿਹਾ ਅਤੇ ਕਾਮਯਾਬ ਹੋਣ 'ਤੇ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਦੇ ਬਾਹਰ ਵੀ ਇਸ ਪ੍ਰੋਜੈਕਟ ਨੂੰ ਸਥਾਪਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀ ਨਾਲ ਹੋਏ ਕਰਾਰ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਨਜ਼ਦੀਕ ਇੰਡੀਅਨ ਆਇਲ ਕੰਪਨੀ ਨੂੰ ਪੈਟਰੋਲ ਪੰਪ ਲਾਉਣ ਲਈ ਜਗ੍ਹਾ ਦਿੱਤੀ ਜਾਵੇਗੀ, ਜਿਸ 'ਤੇ ਕੰਪਨੀ ਵੱਲੋਂ ਆਪਣੇ ਖਰਚੇ 'ਤੇ ਪੰਪ ਸਥਾਪਿਤ ਕੀਤਾ ਜਾਵੇਗਾ। ਇਸ ਪੰਪ 'ਤੇ ਕੇਂਦਰੀ ਜੇਲ੍ਹ ਦੇ ਕੈਦੀਆਂ ਵੱਲੋਂ ਸੇਵਾ ਨਿਭਾਈ ਜਾਵੇਗੀ। ਪੈਟਰੋਲ ਪੰਪ ਦੇ ਨਾਲ ਇੱਕ ਵੱਡਾ ਉਲਟ ਆਊਟਲੈਟ ਵੀ ਤਿਆਰ ਕੀਤਾ ਜਾਵੇਗਾ, ਜਿੱਥੇ ਕਿ ਵੇਰਕਾ ਮਾਰਕਫੈਟ ਸਮੇਤ ਜੇਲ੍ਹ ਅੰਦਰ ਤਿਆਰ ਹੋਏ ਉਤਪਾਦਾਂ ਦੀ ਵਿਕਰੀ ਕੀਤੀ ਜਾਵੇਗੀ। ਜਿਹੜੀ ਸਾਨੂੰ ਜਿਹੜੇ ਇੱਥੇ ਜਿਹੜੇ ਪ੍ਰੋਡਕਟਸ ਵਿਕਣਗੇ, ਘੱਟੋ ਘੱਟ ਵੀ ਇੱਥੇ ਸਾਡੇ ਜਿਹੜੇ ਆਪਣੇ ਜੇਲ੍ਹ ਦੇ ਵਿੱਚ ਜਿਹੜੇ ਸਾਡੇ ਕੈਦੀ ਨੇ ਉਹ ਉੱਥੇ ਆਣ ਕੇ ਕੰਮ ਕਰਨਗੇ। ਉੱਥੋਂ ਜਿਹੜੇ ਕੋਈ ਅਸੀਂ ਜਿਹੜੇ ਉਹਨਾਂ ਨੂੰ ਥਾਂ ਦੇਣੀ ਉਹਦਾ ਲਵਾਂਗੇ। ਅਸੀਂ ਇਹ ਵੀ ਕਰ ਰਹੇ ਹਾਂ ਕਿ ਇਹ ਜਿਹੜਾ ਪੈਟਰੋਲ ਪੰਪ ਹੈ ਉਹਨਾਂ ਕੋਲ ਲੈ ਕੇ ਜੇਲ੍ਹ ਡਿਪਾਰਟਮੈਂਟ ਹੀ ਉਹਨੂੰ ਪੈਟਰੋਲ ਪੰਪਾਂ ਨੂੰ ਚਲਾਵੇ। ਅਤੇ ਜਿਹੜਾ ਤੁਹਾਨੂੰ ਪਤਾ ਕਿ ਜਿਹੜਾ ਕਮਿਸ਼ਨ ਮਿਲਦਾ ਬਹੁਤ ਵਧੀਆ ਤਰੀਕੇ ਨਾਲ, ਔਰ ਜਿਸ ਸਾਈਡ 'ਤੇ ਤੁਹਾਡੀ ਇਹ ਜੇਲ੍ਹ ਆ, ਜਿਹਦੇ ਕਲੀਅਰ ਨੂੰ ਇਹੋ ਹੀ ਨਹੀਂ ਬਣਾਉਣਾ ਅਸੀਂ ਕਿ ਪੈਟਰੋਲ ਪੰਪ ਨਹੀਂ ਬਣੇਗਾ, ਮਾਡਰਨ ਪੈਟਰੋਲ ਪੰਪ ਬਣੇਗਾ। ਇੱਥੇ ਈਟਿੰਗ ਜਿਹੜੀ ਹੱਬ ਉਹ ਬਣੇਗੀ ਤਾਂ ਕਿ ਲੋਕ ਜਿਹੜੇ ਨੇ ਇੱਥੇ ਖਾਣ ਪੀਣ ਲਈ ਵੀ ਹੋਵੇ, ਸਾਡੇ ਵੇਰਕਾ ਜਾਂ ਮਾਰਕਫੈਟ ਦੇ ਪ੍ਰੋਡਕਟ ਉਹ ਵੀ ਵੇਚੇ ਜਾਣਗੇ। ਇਹੋ ਹੀ ਨਹੀਂ ਕਰਨਾ ਅਸੀਂ ਜੇਲ੍ਹ ਡਿਪਾਰਟਮੈਂਟ ਦੇ ਨਾਲ ਅਤੇ IOC ਦੇ ਨਾਲ ਜਿਹੜੀਆਂ ਸਾਡੀਆਂ ਜੇਲ੍ਹ ਦੇ ਵਿੱਚ ਚੀਜ਼ਾਂ ਬਣਦੀਆਂ ਨੇ, ਉੱਦਣ ਇਹਨਾਂ ਦੇ ਜਿਹੜੇ ਚੀਫ ਜਨਰਲ ਮੈਨੇਜਰ ਸੀਗੇ ਪੰਜਾਬ ਜ਼ੋਨ ਦੇ ਜਿਹੜੇ ਇੰਚਾਰਜ ਨੇ ਉਹ ਵੀ ਬੈਠੇ ਸੀ। ਉਹਨਾਂ ਕਿਹਾ ਕਿ ਅਸੀਂ ਜਿਹੜੀਆਂ ਸਾਡੀਆਂ ਡਰੈਸਿਸ ਜਿਹੜੀ ਯੂਨੀਫਾਰਮ ਇਹਨਾਂ ਦੀ ਹੁੰਦੀ ਹੈ, ਕਹਿੰਦੇ ਅਸੀਂ ਤੁਹਾਡੀ ਜੇਲ੍ਹ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਵਿਜਿਟ ਕਰਾਂਗੇ ਅਤੇ ਜੇ ਸਾਨੂੰ ਤੁਹਾਡੀ ਫੈਬਰਿਕ ਠੀਕ ਲੱਗੀ, ਕੱਪੜਾ ਠੀਕ ਲੱਗਾ ਤਾਂ ਅਸੀਂ ਤੁਹਾਡੇ ਨਾਲ ਉਹ ਵੀ MOU ਸਾਈਨ ਕਰਾਂਗੇ। ਟੋਟਲ ਜਿਹੜੇ ਕੱਪੜਾ ਜੋ ਜੇਲ੍ਹਾਂ ਉਹਨਾਂ ਨੂੰ ਕਰਨ, ਜਿਵੇਂ ਸਾਡੇ ਸਟੇਸ਼ਨਰੀ ਬੜੀ ਵਧੀਆ ਬਣ ਗਈ, ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਇਕੱਲਾ ਪੈਟਰੋਲ ਪੰਪ ਨਹੀਂ ਰੱਖਣੇ, ਆਊਟਲੈਟ ਵੀ ਲਿਆਉਣਗੇ ਔਰ ਸਾਡਾ ਸਮਾਨ ਉਹ ਆਪਣੇ ਪੈਟਰੋਲ ਪੰਪਾਂ ਦੇ ਵਿੱਚ ਵੇਚਣਗੇ ਅਤੇ ਉਹਨਾਂ 'ਚੋਂ ਹੀ ਸਾਨੂੰ ਜਿਹੜੀ ਆਮਦਨ ਜਨਰੇਟ ਹੋਈ। ਲਾ ਯੂਨੀਵਰਸਿਟੀ ਦਾ ਵੀ ਕੋਈ ਕਰਾਰ ਹੋਇਆ? ਲਾ ਯੂਨੀਵਰਸਿਟੀ ਦਾ ਵੀ ਉਹਨਾਂ ਦੇ ਨਾਲ ਅੱਜ MOU ਸਾਈਨ ਹੋਇਆ ਤਾਂ ਕਿ ਉਹਨਾਂ ਦੇ ਨਾਲ ਜਿਹੜੀ ਸਾਡੇ ਕੋਲ ਜਿਹੜੀ ਅੱਜ MOU ਸਾਈਨ ਹੋਇਆ ਇਹਦੇ, ਇਹ ਬੜੀ ਜ਼ਰੂਰਤ ਹੈ ਕਿ ਅੱਜ ਜਿਹੜੇ ਮੁੰਡੇ ਜਿਹੜੇ ਅੱਜ ਕਰਕੇ ਗਏ ਨੇ, ਪਾਸ ਆਊਟ ਕਰਕੇ ਗਏ ਨੇ, ਉਹਨਾਂ 'ਚ ਕੋਈ MA ਹੈ, ਕੋਈ BA ਨੇ, IT ਦੇ ਕੋਈ ਟੀਚੇ ਨੇ, ਉਹਨਾਂ ਲੜਕਿਆਂ ਲਈ ਇਹ ਚੀਜ਼ਾਂ ਬਹੁਤ ਅਤੇ ਖਾਸ ਕਰਕੇ ਜੇਲ੍ਹ 'ਚ ਜਿਹੜੇ ਕੈਦੀ ਨੇ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉੱਥੋਂ ਬੈਠ ਕੇ ਅਸੀਂ ਕੰਮ ਚਲਾ ਸਕਦੇ। ਪਟਿਆਲਾ ਦੀ ਜੇਲ੍ਹ ਟ੍ਰੇਨਿੰਗ ਸਕੂਲ ਦੇ ਇੱਕ ਸਮਾਗਮ ਦੌਰਾਨ ਸ਼ਿਰਕਤ ਕਰਨ ਪਹੁੰਚੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਮੁੱਖ ਧਾਰਾ 'ਚ ਸ਼ਾਮਲ ਕਰਨ ਅਤੇ ਭਲਾਈ ਦੇ ਕੰਮਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਦਾ ਇਹ ਅਹਿਮ ਉਪਰਾਲਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਟਿਆਲਾ ਸਥਿਤ ਲਾਅ ਯੂਨੀਵਰਸਿਟੀ ਨਾਲ ਵੀ ਕਰਾਰ ਕੀਤਾ ਗਿਆ, ਜਿਸ ਦਾ ਅਰਥ ਪੜ੍ਹਾਈ ਵਿੱਚ ਦਿਲਚਸਪੀ ਦਿਖਾਉਣ ਵਾਲੇ ਲਾਅ ਦੀ ਪੜ੍ਹਾਈ ਵੀ ਕਰ ਸਕਣਗੇ। ਪਟਿਆਲਾ ਤੋਂ ਕਮਲ ਦੂਆ ਦੀ ਰਿਪੋਰਟ, D5 ਚੈਨਲ ਪੰਜਾਬੀ।